अमृतसर शहर किसी पहचान का मोहताज नहीं है। गुरु की नगरी के नाम तो जाने जाने वाले इस शहर दियां धूमां देशों विदेशों तक फैलिया हुई हैं। अमृतसर के एक परिवार के वलों बीते 62 सालों तो चैस की वक्-वक् वरायटी नूं तैयार किया जाता है। बाप दादियां तो बाद हुण परिवार की तीसरी पीढ़ी के वलों इस काम नूं अगे वधाया गया। हल्की तो लैके बहुत वधिया किस्म की शतरंज नूं भी इस फैक्टरी तैयार किया जाता है और कारीगरां दे वल्लों बड़ी ही बाखूबी दे नाल शतरंज नूं वक्-वक् आकार दे विच परोया जाता है। तुहानूं दस दईए कि 150 तों वी वध किस्मां दे विच चैस नूं तैयार किया जाता है, जिसकी कि वधेरे डिमांड भी है। अमृतसर शहर दे विच तैयार की जाण वाली इस खास किस्म की शतरंज की देशों विदेशों तक डिमांड है और विदेशी लोग भी उचेचे तौर पर इस की खरीद करन लई अमृतसर आउंदे हन। राष्ट्रीय अते अंतरराष्ट्रीय खेडां दे विच वी इस फैक्टरी दी तैयार कीती गई शतरंज दी वरतों कीती जांदी है। सब तो पहला तुहाडे दादा जी द्वारा काम शुरू किया गया, फिर तुहाडे पिता जी द्वारा, ते हुण तुसी तीसरी पीढ़ी इस काम दे विच हो। किवें लगा कि तुहानू वी अपने दादा जी दा जिहड़ा सपना वा उह पूरा करन लई इह काम अगे वधाउणा चाहीदा? देखो जी, मेरे दादा जी ने इन्हू काफ़ी पहला शुरू किया सी। 1962 दे विच उन्होंने इस लाइन में शुरू किया है। उस टाइम पर वह काफ़ी चीज़ा बनाते सी, लैंप्स भी बनाते सी, वो छोटी छोटी चीज़ा बनाते सी, नाल चैस भी बनाते सी। बाद च मेरे फादर श्री राजेश शर्मा जी ने इन्हू अगे वधाया, काफ़ी चीज़ा उन्होंने काफ़ी डिजाइनिंग बनाई जिहड़ी कि काफ़ी पॉपुलर रही, US ओपन हुई उन्होंने चैसा के उत्ते। तो फिर ग्रेजुएशन के दौरान मैं अपने फादर को सीखने वास्ते आता सी इत्थे किस तरह के बनती है चैस, की तरीके होंगे इन्हू होर अच्छा बनाने के। ਤੇ ਫਿਰ ਗ੍ਰੈਜੂਏਸ਼ਨ ਦੇ ਕੰਪਲੀਟ ਹੁੰਦੇ ਬਾਅਦ 'ਚ ਮੇਰਾ ਇੰਟਰਸਟ ਸੀ ਕੁਛ ਆਰਟਿਸਟਿਕ ਕਰਨ ਦੇ ਵਿੱਚ, ਕਿ ਵੱਖਰੀ ਵੱਖਰੀ ਜੇ ਮੇਰੇ ਦਿਮਾਗ 'ਚ ਬੜੀ ਸਾਰੀ ਚੀਜ਼ਾਂ ਨਹੀਂ, ਇਹਨੂੰ ਇਸ ਤਰ੍ਹਾਂ ਬਣਾਇਆ ਜਾਵੇ, ਇਹਨੂੰ ਇਸ ਤਰ੍ਹਾਂ ਕ੍ਰੀਏਟ ਕੀਤਾ ਜਾਵੇ ਤਾਂ ਹੋਰ ਅੱਛਾ ਬਣੇਗਾ। ਅਤੇ ਮੈਂ ਫਾਦਰ ਨਾਲ ਡਿਸਕਸ ਕਰਦਾ ਰਹਿੰਦਾ ਸੀ ਕਿ ਵੀ ਇਹ ਘੋੜਾ ਨੂੰ ਅਸੀਂ ਇਸ ਤਰ੍ਹਾਂ ਬਣਾਈਏ, ਤਾਂ ਉਹ ਖੁਸ਼ ਹੁੰਦੇ ਸੀ ਵੀ ਆਹ ਮੈਨੂੰ ਸਮਝਾਉਂਦੇ ਸੀ ਜਾਂ ਜਿੱਥੇ ਮੇਰੀ ਗਲਤੀ ਹੁੰਦੀ ਸੀ ਕਿ ਵੀ ਨਹੀਂ ਇਹਨੂੰ ਇਸ ਤਰ੍ਹਾਂ ਕਰ। ਅਤੇ ਉਹ ਸਿੱਖਦੇ 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 ਦੇਖੋ ਜੀ, ਇਹ ਪਰਮਾਤਮਾ ਦੀ ਇੰਨੀ ਕਿਰਪਾ ਹੈ ਕਿ ਪੂਰੀ ਦੁਨੀਆ 'ਚ ਆਪਣੀ ਚੈਸ ਜਿਹੜੀ ਹੈਗੀ ਆ ਅੰਮ੍ਰਿਤਸਰ ਦੀ ਸਾਰੀ ਪਾਪੂਲਰ ਹੈਗੀ ਆ, ਅਤੇ ਬੜੇ ਬੜੇ ਅੱਛੀ ਡਿਜ਼ਾਈਨਿੰਗ ਅਸੀਂ ਦੇ ਰਹੇ ਹਾਂ ਜਿਹੜੇ ਕਿ ਪੂਰੀ ਦੁਨੀਆ 'ਚ ਪਾਪੂਲਰ ਹੋ ਰਹੀ ਆ। ਵਰਲਡ ਚੈਂਪੀਅਨਸ਼ਿਪਸ ਜਿਹੜੀਆਂ ਹੋ ਰਹੀਆਂ ਉਹ ਸਾਡੇ ਇੰਡੀਆ ਦੀ ਅੰਮ੍ਰਿਤਸਰ ਦੀ ਬਣੀ ਚੈਸ ਤੇ ਹੋ ਰਹੀ ਹੈ, ਇਸ ਤੋਂ ਵੱਡੀ ਹੋਰ ਕੀ ਚੀਜ਼ ਚਾਹੀਦੀ ਸਾਨੂੰ? ਜੇ ਗੱਲ ਕਰੀਏ ਤੇ ਰਾਜਾ ਤੇ ਉਹਨਾਂ ਦੀ ਸਲਤਨਤ ਨੂੰ ਬਣਾਉਣ 'ਚ ਬਹੁਤ ਟਾਈਮ ਲੱਗਦਾ ਨਾ, ਸੋ ਇਸ ਦੇ ਲਈ ਲੱਕੜ ਕਿਹੜੀ ਇਸਤੇਮਾਲ ਕੀਤੀ ਜਾਂਦੀ ਹੈ, ਕਿੱਥੋਂ ਲੱਕੜ ਆਉਂਦੀ ਹੈ, ਤੇ ਸਾਰੀ ਸਲਤਨਤ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗਦਾ, ਕਿਵੇਂ ਇਹਨਾਂ ਦੀ ਸਾਰੀ ਜਿਹੜੀ ਕਰਦੇ ਤੁਸੀਂ? ਦੇਖੋ ਜੀ, ਇਹਦੀ ਜਿਹੜੀ ਲੱਕੜੀ ਜਿਹੜੀ ਆਉਂਦੀ ਹੈ ਉਹ ਸਪੈਸੀਫਿਕ ਹੁੰਦੀ ਹੈ, ਹਰ ਲੱਕੜੀ ਇਹਦੇ ਵਿੱਚ ਨਹੀਂ ਯੂਜ਼ ਕਰ ਸਕਦੇ। ਸਾਨੂੰ ਇਹਦੇ ਵਿੱਚ ਟ੍ਰੋਪੀਕਲ ਹਾਰਡਵੁੱਡ ਚਾਹੀਦੀ ਹੁੰਦੀ ਹੈ, ਜਿਹੜੀ ਕਿ ਜਿਸ ਤਰ੍ਹਾਂ ਸ਼ੀਸ਼ਮ ਹੋ ਗਈ, ਰੋਜ਼ਵੁੱਡ ਹੋ ਗਈ, ਐਬਨੀ ਵੁੱਡ ਹੋ ਗਈ, ਬੋਕਸਵੁੱਡ ਹੋ ਗਈ, ਜਾਂ ਕੁਛ ਇੰਪੋਰਟੈਂਟ ਲੱਕੜੀਆਂ ਹੁੰਦੀਆਂ ਜਿਹੜੀ ਇਹਦੇ 'ਚ ਯੂਜ਼ ਕੀਤੀ ਜਾਂਦੀ ਹੈ। ਹਰ ਲੱਕੜੀ ਅਸੀਂ ਇਹਦੇ ਵਿੱਚ ਨਹੀਂ ਯੂਜ਼ ਕਰ ਸਕਦੇ। ਲੱਗਾ ਟਾਈਮ ਦੇ ਉੱਤੇ ਇਹਤੇ ਡਿਪੈਂਡ ਕਰਦਾ ਵਾ ਅਸੀਂ ਕਿਹੜੀ ਚੀਜ਼ ਬਣਾ ਰਹੇ ਹਾਂ। ਜੇ ਅਸੀਂ ਬਹੁਤ ਅੱਛੀ ਚੀਜ਼ ਜਾਂ ਐਕਸਕਲੂਸਿਵ ਬਣਾ ਰਹੇ ਹਾਂ, ਜਿਹਦੇ ਘੋੜੇ ਬਣਾਉਂਦੇ ਨੂੰ ਬੜਾ ਟਾਈਮ ਲੱਗਦਾ ਵਾ, ਜਿਹਦੀ ਕਾਰੀਗਰੀ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ, ਉਹ ਦਿਨ 'ਚ ਅਸੀਂ ਇੱਕ ਜਾਂ ਦੋ ਚੈਸ ਬਣਾ ਸਕਾਂਗੇ, ਜ਼ਿਆਦਾ ਨਹੀਂ ਬਣਾ ਸਕਾਂਗੇ। ਪਰ ਜਿਹੜੀ ਨੋਰਮਲ ਹੈ ਅਸੀਂ 30-40-50 ਵੀ ਬਣਾ ਸਕਦੇ ਹਾਂ। ਰਹੀ ਗੱਲ ਇਹਦੀ ਆਰਟਿਸਟਿਕ ਦੀ, ਆਰਟਿਸਟਿਕ ਅਤੇ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਸਾਰੀ ਹੱਥ ਦੀ ਬਣਦੀ ਹੈ। ਚੈਸ ਜਿਹੜੀ ਹੈਗੀ ਹੈ ਕਿਸੇ ਵੀ ਆਟੋਮੈਟਿਕ ਦੀ ਮਸ਼ੀਨ 'ਚ ਨਹੀਂ ਬਣਦੀ, ਇਹ ਬੜੀ ਟ੍ਰੈਡੀਸ਼ਨਲ ਗੇਮ ਹੈ ਜਾਂ ਸਾਡੇ ਇੰਡੀਆ ਦਾ ਮੈਂ ਕਹਾਂਗਾ ਹੈਰੀਟੇਜ ਹੈ, ਅਤੇ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਗੁਰੂ ਦੀ ਨਗਰੀ 'ਚ ਬਹਿ ਕੇ ਇਹ ਜਿਹੜੀ ਚੈਸ ਬਣਾ ਰਹੇ ਹਾਂ ਪੂਰੀ ਦੁਨੀਆ 'ਚ ਵਿਖਿਆਤ ਕਰ ਰਹੇ ਹਾਂ। ਕਿਹੜੇ ਕਿਹੜੇ ਦੇਸ਼ ਦੇ ਵਿੱਚ ਤੁਹਾਡੀ ਚੈਸ ਜਾਂਦੀ ਹੈ? ਅਤੇ ਜਿਵੇਂ ਹੁਣ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਵਾਰ ਛਿੜੀ ਹੈ, ਕੀ ਉਸਦਾ ਅਸਰ ਚੈਸ 'ਤੇ ਪੈਂਦਾ? ਦੇਖੋ ਜੀ, ਸਾਡੀ ਤਾਂ ਦੇਸ਼ਾਂ ਵਿਦੇਸ਼ਾਂ ਸਭ ਜਗ੍ਹਾ ਜਾ ਰਹੀ ਹੈ ਚੈਸ, USA ਵੀ ਜਾ ਰਹੀ ਹੈ, ਅੱਜ ਵੀ ਜਾ ਰਹੀ ਹੈ, UK 'ਚ ਵੀ ਜਾ ਰਹੀ ਹੈ, ਕੈਨੇਡਾ, ਸਭ ਜਗ੍ਹਾ ਅਸੀਂ ਭੇਜਦੇ ਪਏ ਹਾਂ। ਡਿਪੈਂਡਸ ਕਿਸ ਤਰ੍ਹਾਂ ਕਰਦਾ, ਕਸਟਮਰ ਦੀ ਡਿਮਾਂਡਸ ਹੈ। ਹਾਂ, ਕੁਛ ਥੋੜ੍ਹੀ ਡਿਮਾਂਡ ਨੂੰ ਫਰਕ ਪਿਆ ਹੋਇਆ ਕਿਉਂਕਿ ਇਹ ਜਿਹੜੀ ਇਨਫਲੇਸ਼ਨ ਆਈ ਹੈ ਵਾਰਸ ਦੇ ਦੌਰਾਨ, ਇਹਦਾ ਅਸਰ ਹਰ ਬਿਜ਼ਨਸ 'ਤੇ ਹੈ, ਸਾਡੇ ਬਿਜ਼ਨਸ 'ਤੇ ਵੀ ਹੈ ਅਸਰ। ਬਟ ਹਾਂ, ਧੀਰੇ ਧੀਰੇ ਇਹਦਾ ਇਫੈਕਟ ਖਤਮ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ। 2 ਵਾਰਸ ਚੱਲਦੀਆਂ ਪਈਆਂ, ਜਲਦੀ ਅਸੀਂ ਹੋਪ ਕਰਦੇ ਹਾਂ ਕਿ ਇਹ ਬੰਦ ਹੋਣ ਅਤੇ ਸਾਰੀ ਚੀਜ਼ਾਂ ਸਟੇਬਲ ਹੋਣ ਅਤੇ ਸਾਰੇ ਸਿਸਟਮ ਠੀਕ ਤਰੀਕੇ ਨਾਲ ਚੱਲਣ ਸਭ। ਸਮੇਂ ਦੇ ਹਿਸਾਬ ਨਾਲ ਹੁਣ ਚੈਸ ਦੇ ਰੇਟ ਦੇ ਵਿੱਚ ਵੀ ਵਾਧਾ ਹੋਇਆ ਵਾ, ਤੁਹਾਡੇ ਕੋਲ ਸਭ ਤੋਂ ਮਹਿੰਗੀ ਚੈਸ ਜਿਹੜੀ ਕਿੰਨੇ ਰੇਟ ਦੀ ਹੈ ਅਤੇ ਸਭ ਤੋਂ ਸਸਤੀ ਚੈਸ ਕਿੰਨੇ ਦੀ? ਦੇਖੋ ਜੀ, ਸਮੇਂ ਦੇ ਹਿਸਾਬ ਨਾਲ ਬੜੀ ਸਾਰੀਆਂ ਚੀਜ਼ਾਂ, ਰੋ ਮਟੀਰੀਅਲ ਹਰ ਤਰ੍ਹਾਂ ਦਾ ਮਹਿੰਗਾ ਹੋਇਆ, ਸਿਰਫ ਚੈਸ ਨਹੀਂ, ਲੋਹਾ ਨਹੀਂ, ਈਵਨ ਗੋਲਡ ਲੈ ਲਓ ਤੁਸੀਂ, ਕਿਸੇ ਚੀਜ਼ ਨੂੰ ਰੋ ਮਟੀਰੀਅਲ ਉਠਾ ਕੇ ਦੇਖ ਲਓ, ਉਹ ਮਹਿੰਗਾ ਹੋਇਆ, ਲੇਬਰ ਵੀ ਕੋਸਟ ਵਧੀ ਹੈ, ਉਹਦਾ ਇਫੈਕਟ ਜ਼ਰੂਰ ਚੈਸ ਦੇ ਪ੍ਰਾਈਜ਼ ਨੂੰ ਪੈਂਦਾ ਵਾ, ਡੈਫੀਨੇਟਲੀ ਪੈਂਦਾ। ਵੈਸੇ ਹੀ ਸਾਡਾ ਕੰਮ ਹੱਥ ਦਾ, ਆਰਟ ਦਾ ਹੈਗਾ, ਅਤੇ ਸਾਨੂੰ ਸਭ ਕੁਛ ਬਾਏ ਹੈਂਡ ਹੀ ਕਰਨਾ ਪੈਂਦਾ, ਹੈਂਡ ਕ੍ਰਾਫਟਿਡ ਕਰਨਾ ਪੈਂਦਾ ਵਾ, ਸਾਡੇ ਕਿਸੇ ਤਰੀਕੇ ਦੀ ਆਟੋਮੈਟਿਕ ਮਸ਼ੀਨਾਂ ਯੂਜ਼ ਨਹੀਂ ਹੁੰਦੀਆਂ, ਅਤੇ ਇਹਦਾ ਅਸਰ ਤਾਂ ਪਿਆ ਵਾ ਕੁਛ ਪ੍ਰਾਈਜ਼ਸ 'ਤੇ। ਬਟ ਅਸੀਂ ਨੋਰਮਲ ਚੈਸ ਅਸੀਂ ਫਿਰ ਵੀ ਅਸੀਂ ਉਹਨੇ ਰੇਂਟਾਂ 'ਤੇ ਦੇ ਰਹੇ ਹਾਂ, 1000-1200 ਤੋਂ ਸ਼ੁਰੂ ਹੋ ਕੇ
ਅਰਾਊਂਡ ਲੱਖ ਸਵਾ ਲੱਖ ਤੇ ਵੀ ਜਾਂਦੀ ਹੈ, ਡਿਪੈਂਡ ਕਰਦਾ ਕਸਟਮਰ ਨੂੰ ਚਾਹੀਦਾ ਕੀ ਜਾਂ ਕਿਹੋ ਜਿਹੀ ਡਿਮਾਂਡ ਕਰਦਾ, ਅਸੀਂ ਉਹਦੀ ਡਿਮਾਂਡ ਪੂਰੀ ਕਰਨ ਨੂੰ ਤਿਆਰ ਹਾਂ। ਪੰਜਾਬ ਸਰਕਾਰ ਜਿਵੇਂ ਬਾਕੀ ਖੇਡਾਂ ਨੂੰ ਪ੍ਰਫੁੱਲਤ ਕਰ ਰਹੀ ਹੈ, ਕਿਉਂਕਿ ਕਬੱਡੀ ਦੇ ਮੈਚ ਖੁਦ ਪੰਜਾਬ ਸਰਕਾਰ ਕਰਾਉਂਦੀ ਹੈ, ਬਾਕੀ ਖੇਡਾਂ ਨੂੰ ਪ੍ਰਫੁੱਲਤ ਕਰਦੀ ਹੈ, ਪੰਜਾਬ ਦੇ ਯੁਵਾਵਾਂ ਨੂੰ ਬਾਰ ਬਾਰ ਹਰ ਪ੍ਰੋਗਰਾਮ ਦੇ ਵਿੱਚ ਸੰਦੇਸ਼ ਦਿੰਦੀ ਹੈ ਕਿ ਖੇਡਾਂ ਵੱਲ ਧਿਆਨ ਲਗਾਓ, ਕੀ ਲੱਗਦਾ ਕਿ ਸਰਕਾਰ ਨੂੰ ਚੈੱਸ ਨੂੰ ਲੈ ਕੇ ਵੀ ਲੋਕਾਂ ਨੂੰ ਜਾਂ ਯੁਵਾਵਾਂ ਨੂੰ ਜਾਗਰੂਕ ਕਰਨਾ ਚਾਹੀਦਾ? ਮੈਂ ਤੇ ਜ਼ਰੂਰ ਸਮਝਾਂਗਾ ਜੀ, ਡੈਫੀਨੇਟਲੀ ਇਹਨੂੰ ਕਰਨਾ ਚਾਹੀਦਾ। ਦੇਖੋ ਸਾਡੇ ਇੱਥੋਂ ਕਿੰਨੇ ਕਿੰਨੇ ਅੱਛੇ ਖੇਡਾਂ ਦੇ ਬੱਚੇ ਨਿਕਲੇ ਜਿਨ੍ਹਾਂ ਨੇ ਅੱਗੇ ਦੇਸ਼ਾਂ ਵਿਦੇਸ਼ਾਂ 'ਚ ਨਾਮ ਰੋਸ਼ਨ ਕੀਤਾ, ਈਵਨ ਕਿੰਨੇ ਕਿੰਨੇ ਵੱਡੇ ਸਟਾਰਸ ਬਣੇ ਆ, ਹਾਲੀਵੁੱਡ 'ਚ ਵੀ ਹੈ, ਬਾਲੀਵੁੱਡ 'ਚ ਵੀ ਹੈ, ਸਿੰਗਰਸ ਨੇ, ਖਿਡਾਰੀ ਕਿੱਡੇ ਕਿੱਡੇ ਆ, ਕੋਈ ਪੋਲੀਟੀਸ਼ੀਅਨਸ ਨੇ ਐਡੇ ਵੱਡੇ ਵੱਡੇ। ਸਾਡੀ ਇੱਕ ਬੜੀ ਪੁਰਾਣੀ ਇੱਕ ਜਿਹੜਾ ਹੈਰੀਟੇਜ ਜਿਹਨੂੰ ਕਹਾਂਗਾ ਮੈਂ ਆਪਣੇ ਸ਼ਹਿਰ ਦਾ, ਮੈਂ ਬੜਾ ਪ੍ਰਾਊਡ ਫੀਲ ਕਰਦਾ ਮੈਂ ਉਸ ਬਿਜ਼ਨਸ ਦੇ ਵਿੱਚ ਹੈਗਾ ਆਪਣੇ, ਡਿਊ ਟੂ ਮੇਰੇ ਗ੍ਰੈਂਡਫਾਦਰ ਜਿਨ੍ਹਾਂ ਨੇ ਇਹਨੂੰ ਸ਼ੁਰੂਆਤ ਕੀਤੀ ਆ, ਤੇ ਇਸ ਹੈਰੀਟੇਜ ਨੂੰ ਅਸੀਂ ਨਹੀਂ ਚਾਹੁੰਦੇ ਕਿ ਖਤਮ ਹੋਵੇ। ਮੈਂ ਇਹੀ ਚਾਹੁੰਦਾ ਵਾਂ, ਅਪੀਲ ਕਰਦਾ ਵਾਂ ਗੌਰਮੈਂਟ ਨੂੰ ਕਿ ਵੀ ਇਹਨੂੰ ਥੋੜ੍ਹਾ ਵਿਖਿਆਤ ਕੀਤਾ ਜਾਏ, ਤਾਂ ਕਿ ਮੈਂ ਨਹੀਂ ਚਾਹੁੰਦਾ ਕਿ ਸਿਰਫ ਅੰਮ੍ਰਿਤਸਰ 'ਚ ਬਣੇ, ਦੇਸ਼ 'ਚ ਹੋਰ ਵੀ ਬੜੇ ਬਣਾ ਸਕਦੇ ਨੇ, ਇਹਨੂੰ ਥੋੜ੍ਹਾ ਪਾਪੂਲੈਰਿਟੀ ਮਿਲੇ ਤਾਂ ਕਿ ਇੰਡੀਆ 'ਚ ਪੰਜਾਬ 'ਚ ਸਾਡੇ ਪਲੇਅਰ ਨਿਕਲਣ। ਇਹਨੂੰ ਪੰਜਾਬ ਗੌਰਮੈਂਟ ਨੂੰ ਪ੍ਰਮੋਟ ਕਰਨਾ, ਹਰ ਸਕੂਲ ਕਾਲਜ 'ਚ ਕੰਪਲਸਰੀ ਕਰ ਦੇਣਾ ਚਾਹੀਦਾ ਐਜ਼ ਏ ਸਬਜੈਕਟ, ਤਾਂ ਕਿ ਬੱਚਾ ਐਟਲੀਸਟ ਪਾਰਟੀਸਪੇਟ ਤਾਂ ਕਰ ਸਕੇ, ਕਿਉਂਕਿ ਇਹ ਇਹਦੇ ਨਾਲ ਸਿੱਧਾ ਇਫੈਕਟ ਪੈਂਦਾ ਸਾਡੇ ਦਿਮਾਗ 'ਤੇ, ਅਤੇ ਬੱਚਿਆਂ ਦਾ ਦਿਮਾਗ ਡਿਵੈਲਪ ਕਰਨਾ ਵੀ ਪੰਜਾਬ ਗੌਰਮੈਂਟ ਦਾ ਰਿਸਪੋਂਸੀਬਿਲਟੀ ਬਣਦੀ ਹੈ, ਈਵਨ ਇੰਡੀਅਨ ਗੌਰਮੈਂਟ ਦੀ ਰਿਸਪੋਂਸੀਬਿਲਟੀ ਬਣਦੀ ਹੈ ਆਰਮੀ ਦੇ ਲੋਕਾਂ ਨੂੰ, ਨੇਵੀ ਦੇ ਲੋਕਾਂ ਨੂੰ, ਏਅਰਫੋਰਸ ਦੇ ਲੋਕਾਂ ਨੂੰ ਐਜ਼ ਏ ਸਬਜੈਕਟ ਉਹਨਾਂ ਨੂੰ ਐਜ਼ ਏ ਕੰਪਲਸ਼ਨ ਕੀਤਾ ਜਾਏ, ਤਾਂ ਕਿ ਉਹ ਕੰਸਨਟ੍ਰੇਸ਼ਨ ਆਪਣੀ ਇਸ ਗੇਮ 'ਤੇ ਬਣਾਉਣ, ਤਾਂ ਵੱਡੇ ਵੱਡੇ ਫੈਸਲੇ ਲੈਣ 'ਤੇ ਉਹ 'ਤੇ ਕੰਸਨਟ੍ਰੇਸ਼ਨ 'ਤੇ ਹੋਣੀ ਜ਼ਰੂਰੀ ਹੈ।